ਮਾਨਯੋਗ ਡੀਜੀਪੀ ਪੰਜਾਬ ਗੌਰਵ ਯਾਦਵ ਸਰ ਦੀਆਂ ਜਿਹੜੀਆਂ ਇੱਕ ਮੁਹਿੰਮ ਗੈਂਗਸਟਰ ਅਤੇ NDPS ਦੇ ਖਿਲਾਫ ਜਿਹੜੀ ਇੱਕ ਪੰਜਾਬ 'ਚ ਚਲਾਈ ਗਈ ਹੈ, ਉਹਦੇ ਵਿੱਚ ਉਹਨਾਂ ਦੀ ਦਿਸ਼ਾ ਨਿਰਦੇਸ਼ ਸਾਡੇ ਮਾਨਯੋਗ CP ਸਾਹਿਬ ਗੁਰਸ਼ਰਨ ਸੰਧੂ, ਕਮਿਸ਼ਨਰ ਜਲੰਧਰ, ਉਹਨਾਂ ਦੀਆਂ ਜਿਹੜੀਆਂ ਡਾਇਰੈਕਸ਼ਨਸ ਅਤੇ ਸਾਡੇ CI ਦੀ ਟੀਮ ਨੇ, ਜਿਹੜਾ ਸਾਡੇ ACP ਇਨਵੈਸਟੀਗੇਸ਼ਨ ਪਰਮਜੀਤ ਸਿੰਘ ਦੀ ਅਗਵਾਈ ਵਿੱਚ ਸਾਡੇ CIA 1 ਅਤੇ CI 2 ਦੋਨੋਂ ਇੰਸਪੈਕਟਰ ਇੰਦਰਜੀਤ ਸਿੰਘ ਅਤੇ ਸਬ ਇੰਸਪੈਕਟਰ ਅਸ਼ੋਕ ਕੁਮਾਰ, ਉਹਨਾਂ ਦੀ ਟੀਮ ਨੇ ਇੱਕ ਬਹੁਤ ਅੱਛਾ ਕੰਮ ਕੀਤਾ, ਜਿਹਦੇ ਵਿੱਚ ਦੋ ਵਿਅਕਤੀਆਂ ਨੂੰ ਜਿਹੜਾ ਗ੍ਰਿਫਤਾਰ ਕੀਤਾ, ਉਹਦੇ ਵਿੱਚ ਇੱਕ ਜਿਹੜਾ 32 ਬੋਰ ਦਾ ਰਿਵੋਲਵਰ ਜਿਹੜਾ ਰਿਕਵਰ ਹੋਇਆ, ਅਤੇ ਇੱਕ 1/2 ਕਿਲੋ ਜਿਹੜੀ ਹੀਰੋਇਨ ਬਰਾਮਦ ਹੋਈ ਹੈ, ਅਤੇ 1 ਕਿਲੋ ਚਾਂਦੀ ਅਤੇ ਹੋਰ ਕਾਫੀ ਜਿਹੜਾ ਸਮਾਨ ਬਰਾਮਦ ਹੋਇਆ। ਸਰ, ਇਹ ਜਿਹੜਾ ਰਿਵੋਲਵਰ ਹੈ ਕਿੱਥੋਂ ਲੈ ਕੇ ਆਇਆ ਹੈ? ਇਹ ਜਿਹੜਾ ਬੜਾ ਅੱਛਾ ਹੈ, ਇਹ ਇਹਨਾਂ ਨੇ ਬੜੀ ਮਿਹਨਤ ਕੀਤੀ ਹੈ CI ਦੀ ਟੀਮ ਨੇ, ਕਿਉਂਕਿ ਇਹਦੇ ਵਿੱਚ ਜਿਹੜਾ ਰਿਵੋਲਵਰ ਹੈ ਇਹ ਮੁਕੱਦਮਾ ਨੰਬਰ 281/2020 ਦੇ ਵਿੱਚ ਮਾਲ ਟਾਊਨ ਦੇ ਵਿੱਚ ਦਰਜ ਹੋਇਆ ਸੀ। ਉਦੋਂ ਜਿਹੜਾ ਇਸ ਦੇ ਵਿੱਚ ਅਨੇਕਾ ਵੈਪਨ ਜਿਹੜਾ 32 ਬੋਰ ਦਾ ਮੇਡ ਇਨ ਜਰਮਨ ਜਿਹੜਾ ਹੈਗਾ 32 ਬੋਰ ਦਾ ਰਿਵੋਲਵਰ, ਇਹ ਚੋਰੀ ਕੀਤਾ ਸੀ, ਨਾਲ ਕੁਛ ਕੈਸ਼ ਸੀ ਅਤੇ ਪਲੱਸ ਨਾਲ ਔਰਨਾਮੈਂਟਸ ਚਾਂਦੀ ਦੇ ਸੀ। ਸਰ, ਇਹ ਵੈਪਨ ਕਿਤੇ ਯੂਜ਼ ਵੀ ਕੀਤਾ ਕ੍ਰਾਈਮ ਦੇ ਵਿੱਚ? ਦੇਖੋ, ਇਹ ਅਸੀਂ ਹੁਣ ਇਹਦੀ ਅਰੈਸਟ ਪਾਈ ਹੈ, ਅਸੀਂ ਇਹਦਾ ਰਿਮਾਂਡ ਲਵਾਂਗੇ। ਰਿਮਾਂਡ ਲੈ ਕੇ ਡਿਊਰਿੰਗ ਇਹਦੀ, ਕਿਉਂਕਿ ਇਸ ਬੰਦੇ ਦਾ ਜਿਹੜਾ ਪ੍ਰੀਵੀਅਸ ਰਿਕਾਰਡ ਬੜਾ ਮਾੜਾ ਹੈ, ਇਹਦੇ ਖਿਲਾਫ਼ ਪਹਿਲਾਂ ਵੀ 8 ਮੁਕੱਦਮੇ ਦਰਜ ਹੈ, ਜਿਹੜਾ ਇਹ ਜੇਲ੍ਹ ਦੇ ਉੱਤੇ ਜ਼ਮਾਨਤ ਦੇ ਉੱਤੇ ਹੈ, ਅਤੇ ਹੁਣ ਜਿਹੜਾ ਇਹਨੂੰ ਗ੍ਰਿਫਤਾਰ ਜਦੋਂ ਕੀਤਾ, ਇਹਦੇ ਕੋਲੋਂ ਇੱਕ 32 ਬੋਰ ਦਾ ਰਿਵੋਲਵਰ ਮੇਡ ਇਨ ਜਰਮਨ ਪਲੱਸ 1 ਕਿਲੋ ਚਾਂਦੀ ਅਤੇ ਨਾਲ ਹੋਰ ਜਿਹੜੀਆਂ LCDs ਅਤੇ ਹੋਰ ਸਮਾਨ ਜਿਹੜਾ ਇਹਨੇ ਚੋਰੀ ਕੀਤਾ ਸੀ ਉਹ ਬਰਾਮਦ ਹੋਇਆ, ਅਤੇ ਜਿਹੜਾ ਦੂਸਰਾ ਵਿਅਕਤੀ ਅਰੈਸਟ ਕੀਤਾ ਉਹਦੇ ਕੋਲੋਂ ਜਿਹੜਾ 1/2 ਕਿਲੋ ਜਿਹੜੀ ਹੀਰੋਇਨ ਜਿਹੜੀ ਬਰਾਮਦ। ਸਰ, 1/2 ਕਿਲੋ ਰਹਿਣ ਵਾਲਾ ਕਿੱਥੋਂ ਰਹਿਣ ਵਾਲਾ ਮੈਮ? ਜਿਹੜਾ 1/2 ਕਿਲੋ ਹੀਰੋਇਨ ਦਾ ਜਿਹੜਾ ਵਿਅਕਤੀ ਆ, ਗੁਰਦਾਸਪੁਰ ਦਾ ਰਹਿਣ ਵਾਲਾ ਪਿੱਛੋਂ, ਅਤੇ ਉਹਦੇ ਕੋਲੋਂ ਹੋਈ ਹੈ, ਅਤੇ ਜਿਹੜਾ ਜਿਹਦੇ ਕੋਲੋਂ ਆ ਰਿਵੋਲਵਰ ਅਤੇ ਸਾਰਾ ਸਮਾਨ ਹੋਇਆ ਉਹ ਜਲੰਧਰ ਦਾ ਹੀ ਵਸ। ਸਰ, ਜਿਹੜਾ ਹੈਰੋਨ ਵਾਲਾ ਕਿਹਨੂੰ ਦੇਣਾ ਸੀ? ਹੈਰੋਨ ਦੇ ਵਿੱਚ ਅਸੀਂ ਇੱਕ ਬੰਦਾ ਨੋਮੀਨੇਟ ਕੀਤਾ, ਜਿਸ ਬੰਦੇ ਨੇ ਇਹਨੂੰ ਭੇਜਿਆ ਸੀ, ਤਾਂ ਉਹ ਬੰਦੇ ਨੇ ਇਹਨੂੰ ਦੱਸਿਆ ਸੀ ਵੀ ਮੈਂ ਫੋਨ 'ਤੇ ਤਾਲਮੇਲ ਕਰਾਂਗਾ, ਉੱਥੋਂ ਵੱਲੋਂ ਇਹ ਗ੍ਰਿਫਤਾਰ ਹੋ ਗਿਆ। ਹੁਣ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਜਿਹੜਾ ਬੰਦਾ ਨੋਮੀਨੇਟ ਹੋਇਆ, ਅਸੀਂ ਉਹਨੂੰ ਲਿਆ ਕੇ ਅਤੇ ਫਰਦਰ ਅੱਗੇ ਜਿਹੜਾ ਇਨਵੈਸਟੀਗੇਟ ਹੀਰੋਇਨ ਵਾਲੇ ਦੇ ਖਿਲਾਫ਼ ਪਹਿਲੋਂ ਐਕਸਾਈਜ਼ ਦਾ ਇੱਕ ਮੁਕੱਦਮਾ ਦਰਜ ਹੈ, ਜਿਹੜਾ ਇਹ ਰਿਵਾਲਵਰ ਜਿਹਦੇ ਕੋਲ ਬਰਾਮਦ ਹੋਇਆ, ਚਾਂਦੀ ਅਤੇ ਹੋਰ ਸਮਾਨ, ਇਹਦੇ ਖਿਲਾਫ਼ ਪਹਿਲੋਂ 6 ਮੁਕੱਦਮੇ ਦਰਜ। ਮਾਨਯੋਗ DGP ਪੰਜਾਬ ਗੌਰਵ ਯਾਦਵ ਸਰ ਦੀਆਂ ਜਿਹੜੀਆਂ ਇੱਕ ਮੁਹਿੰਮ ਗੈਂਗਸਟਰ ਅਤੇ NDPS ਦੇ ਖਿਲਾਫ਼ ਜਿਹੜੀ ਇੱਕ ਪੰਜਾਬ 'ਚ ਚਲਾਈ ਗਈ ਹੈ, ਉਹਦੇ ਵਿੱਚ ਉਹਨਾਂ ਦੀ ਦਿਸ਼ਾ ਨਿਰਦੇਸ਼ ਸਾਡੇ ਮਾਨਯੋਗ CP ਸਾਹਿਬ ਗੁਰਸ਼ਰਨ ਸੰਧੂ, ਕਮਿਸ਼ਨਰ ਜਲੰਧਰ, ਉਹਨਾਂ ਦੀਆਂ ਜਿਹੜੀਆਂ ਡਾਇਰੈਕਸ਼ਨਸ ਅਤੇ ਸਾਡੇ CI ਦੀ ਟੀਮ ਨੇ, ਜਿਹੜਾ ਸਾਡੇ ACP ਇਨਵੈਸਟੀਗੇਸ਼ਨ ਪਰਮਜੀਤ ਸਿੰਘ ਦੀ ਅਗਵਾਈ ਵਿੱਚ ਸਾਡੇ CIA 1 ਅਤੇ CI 2 ਦੋਨੋਂ ਇੰਸਪੈਕਟਰ ਇੰਦਰਜੀਤ ਸਿੰਘ ਅਤੇ ਸਬ ਇੰਸਪੈਕਟਰ ਅਸ਼ੋਕ ਕੁਮਾਰ, ਉਹਨਾਂ ਦੀ ਟੀਮ